हां जी दोस्तों स्वागत है ਤੁਹਾਡੇ ਸਾਰਿਆਂ ਦੇ ਤੁਹਾਡੇ ਆਪਣੇ YouTube ਚੈਨਲ DK Social Help ਦੇ ਉਤੇ ਦੋਸਤੋ 2500 ਪੈਨਸ਼ਨ ਲੱਗਣ ਜਾ ਰਹੀ ਹੈ 17 ਅਗਸਤ ਨੂੰ ਭਰੇ ਜਾਣਗੇ ਫਾਰਮ ਦੋਸਤੋ ਆਪਾਂ ਇਹ ਕਿਉਂ کہہ ਰਹੇ ਹਾਂ ਉਹਦਾ ਆਪਾਂ ਇੱਕ ਪ੍ਰੂਫ ਦਿਖਾਵਾਂਗੇ ਤੁਹਾਨੂੰ ਉਸ ਤੋਂ ਪਹਿਲਾਂ ਨਵੇਂ ਆਏ ਭੈਣ ਭਰਾ ਨੂੰ ਨਿੱਕੀ ਜੀ ਬੇਨਤੀ ਹੈ ਕਿ ਲਾਲ ਬਟਨ ਆ ਜਿਹੜਾ ਸਬਸਕ੍ਰਾਈਬ ਲਿਖਿਆ ਹੋ ਉਹ ਦੱਬ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਸਰਕਾਰ ਦੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਜਾਣੂ ਹੋ ਸਕੋ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਰਟੀਕਲ ਆਇਆ ਹੈ ਹਰ ਲਾਪਤਰੀ ਨੂੰ ਮਿਲੇਗਾ ਪੈਨਸ਼ਨ ਸਕੀਮਾਂ ਦਾ ਲਾਭ 17 ਅਗਸਤ ਤੋਂ ਵਿਸ਼ੇਸ਼ ਕੈਂਪਾਂ ਦੀ ਹੋਵੇਗੀ ਸ਼ੁਰੂਆਤ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਹੀ ਵਾਲੀ ਸਰਕਾਰ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਸਮਾਜਿਕ ਭਲਾਈ ਸਕੀਮਾਂ ਨੂੰ ਯੋਗ ਲਾਪਤਰੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਇਸੇ ਉਦੇਸ਼ ਤਹਿਤ ਡਾਕਟਰ ਬਲਜੀਤ ਕੋਰ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਭਾਗ ਵੱਲੋਂ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਵਕ ਵਕ ਪੈਨਸ਼ਨ ਸਕੀਮਾਂ ਦਾ ਲਾਭ ਯੋਗ ਲਾਪਾਤਰੀਆਂ ਨੂੰ ਮਿਲਣਾ ਚਾਹੀਦਾ ਹੈ ਠੀਕ ਹੈ ਜੀ ਉਸ ਕਰਕੇ 17 ਅਗਸਤ ਨੂੰ ਪਿੰਡਾਂ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਾਏ ਜਾਣ ਸੋ ਦੋਸਤੋ ਜਿਹੜੇ ਪੈਨਸ਼ਨ ਨੂੰ ਲੈ ਕੇ ਵੱਡੇ ਵੱਡੇ ਇਹਨਾਂ ਨੇ ਵਾਅਦੇ ਕੀਤੇ ਸੀ ਉਸ ਨੂੰ ਲੈ ਕੇ ਹੁਣ ਇਹ ਕੈਂਪ ਲਾਉਣ ਜਾ ਰਹੇ ਨੇ ਇਹ ਲੋਕਾਂ ਦੇ ਪਹਿਲਾਂ ਸਾਰਿਆਂ ਦੇ ਫਾਰਮ ਭੰਗੇ ਜਿਨ੍ਹਾਂ ਦੀ ਪੈਨਸ਼ਨ ਨਹੀਂ ਲੱਗੀ ਜੀ ਕਈ ਵਾਰ ਇਹ ਹੁੰਦਾ ਹੈ ਕਿ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਹੁੰਦੇ ਪਰ ਉਹਨਾਂ ਦੀ ਉਮਰ ਹੋ ਗਈ ਹੈ ਉਹਨਾਂ ਨੂੰ ਮੈਡੀਕਲ ਜਾਂਚ ਕਰਕੇ ਉਹਨਾਂ ਦੀ ਪੈਨਸ਼ਨ ਲਈ ਜਾਏਗੀ ਪਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਜਿਹੜੀ 2500 ਪੈਨਸ਼ਨ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਇੱਕ ਵਾਰ ਸਾਰਿਆਂ ਦੀ ਜਿਹੜੀ ਪੈਨਸ਼ਨ ਲੱਗ ਗਈ ਯੋਗ ਲਾਭਪਾਤਰੀਆਂ ਦੀ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਹ ਜਿਹੜੀ ਪੈਨਸ਼ਨ ਹੈ 2500 ਪੈਨਸ਼ਨ ਕਰ ਦਿੱਤੀ ਜਾਵੇ ਸੋ ਦੋਸਤੋ ਇਹ ਵੱਡੀ ਅਪਡੇਟ ਆਈ ਸੀ ਅੱਜ ਹੀ ਸਵੇਰੇ ਸੋ ਸੋਚਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਦੋਸਤੋ ਜੈਨ ਮਿਲਦੀਆਂ ਜਾਣਕਾਰੀ ਲੈ ਕੇ ਕੋਈ ਨਵੀਂ ਵੀਡੀਓ ਵਿੱਚ